ਹਾਂ ਤਾਂ ਪਿਆਰੇ ਬੱਚੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਂ ਬੇਟਾ, ਆਪਾਂ ਪ੍ਰਸ਼ਨ ਨੰਬਰ 6 ਦੇ ਉੱਤੇ ਪਹੁੰਚ ਗਏ ਇਸੇ ਐਕਸਰਸਾਈਜ਼ ਦੇ। ਤਾਂ ਕੀ ਕਹਿੰਦਾ ਵਾ ਪ੍ਰਸ਼ਨ ਨੰਬਰ 6 ਦੇ ਵਿੱਚ? ਕਹਿੰਦਾ ਹੇਠ ਦਿੱਤੀਆਂ ਸੰਖਿਆਵਾਂ ਦਾ ਮਹੱਤਮ ਸਮਾਵਰਤਕ ਭਾਗ ਵਿਧੀ ਰਾਹੀਂ ਪਤਾ ਕਰੋ। ਤਾਂ ਬੇਟਾ ਉੱਪਰ ਤੁਹਾਨੂੰ ਢੰਗ ਤਰੀਕੇ ਦੱਸ ਦਿੱਤੇ, ਪਰ ਅਲਟੀਮੇਟ ਵਿਧੀ ਆਹੀ ਹੈ, ਐਸੇ ਵਿਧੀ ਨਾਲ ਹੀ ਕਰਨਾ ਆ ਤੁਸੀਂ, ਠੀਕ ਹੈ? ਉਹ ਤਾਂ ਤੁਹਾਨੂੰ ਕਨਸੈਪਟ ਸਮਝਾਉਣ ਲਈ ਦੋ ਤਿੰਨ ਤਰੀਕੇ ਅਲੱਗ ਅਲੱਗ ਦੱਸ ਦਿੱਤੇ ਗਏ। ਭਾਗ ਵਿਧੀ ਰਾਹੀਂ ਬੇਟਾ ਇਹਦੇ ਵਿੱਚ ਕੀ ਹੈ, ਜਿਵੇਂ 48 ਅਤੇ 60 ਹੈ, ਵੱਡੀ ਸੰਖਿਆ ਨੂੰ ਵਿੱਚ ਰੱਖ ਲਓ ਤੁਸੀਂ ਅਤੇ ਛੋਟੀ ਸੰਖਿਆ ਦੇ ਨਾਲ ਭਾਗ ਕਰਨਾ ਸ਼ੁਰੂ ਕਰ ਦਿਓ। 48 ਏਕਮ 48, 60 'ਚੋਂ ਇਹ ਆ ਗਏ 12। ਜਿਹੜੀ ਇੱਧਰਲੀ ਰਕਮ ਆ ਬੇਟਾ ਇਹਨੇ ਥੱਲੇ ਆ ਜਾਣਾ ਉਦੋਂ ਬਾਅਦ ਦੇ ਵਿੱਚ, ਠੀਕ ਹੈ? ਜਿਹੜਾ ਬਾਕੀ ਬਚਦਾ ਉਹਦੇ ਨਾਲ ਭਾਗ, ਇੱਥੇ 48 ਵਿੱਚ ਆ ਗਏ 12 ਚੌਕ 48, ਜਿੱਥੇ ਬੇਟਾ ਬਾਕੀ 0 ਬਚ ਗਿਆ। ਜਿਹੜਾ ਭਾਜਕ ਆ ਉਹ ਮਹੱਤਮ ਸਮਾਵਰਤਕ ਦਾ ਐਜ਼ ਏ ਉੱਤਰ ਲਿਖ ਦਿੰਦੇ ਹਾਂ। ਤਾਂ ਇੱਥੇ ਬਾਕੀ 0 ਆ, ਭਾਜਕ ਕੀ ਆ 12, ਅਤੇ ਇਹਦਾ ਮਹੱਤਮ ਸਮਾਵਰਤਕ ਕਿੰਨਾ ਆ ਗਿਆ? 12 ਆ ਗਿਆ, 12 ਉੱਤਰ ਆ ਗਿਆ, ਠੀਕ ਹੈ ਬੇਟਾ? ਤਾਂ ਉਦੋਂ ਬਾਅਦ ਦੇ ਵਿੱਚ ਬੇਟਾ ਆ 120 ਅਤੇ 140 ਵਾਲਾ ਹੈਗਾ ਸਵਾਲ, ਤਾਂ ਆਪਾਂ ਇਹਨੂੰ ਵੀ ਕਰ ਲੈਂਦੇ ਹਾਂ। 140 ਨੂੰ ਵਿੱਚ ਰੱਖਦੇ ਹਾਂ ਪੁੱਤ, ਅਤੇ 120 'ਤੇ ਭਾਗ ਕਰ ਦਿੰਦੇ ਹਾਂ। 120 ਏਕਮ 120, 0 ਦੀ 0, 4 'ਚ 2 ਗੇ 2। ਹੁਣ ਬੇਟਾ 120 ਨੂੰ ਅੰਦਰ ਲੈ ਆਉਂਦੇ ਹਾਂ ਆਪਾਂ, 20 6 120, ਇੱਥੇ 0 ਬਚ ਗਿਆ। ਜਿੱਥੇ 0 ਬਚ ਗਿਆ ਜਿਹੜਾ ਭਾਜਕ ਹੁੰਦਾ ਆ ਉਹ ਮਹੱਤਮ ਸਮਾਵਰਤਕ ਨੂੰ ਉੱਤਰ ਦੇ ਦਿੰਦੇ ਹਾਂ। ਇਹਦਾ ਮਹੱਤਮ ਸਮਾਵਰਤਕ ਕਿੰਨਾ ਆ ਗਿਆ? 20 ਆ ਗਿਆ, ਠੀਕ ਹੈ ਬੇਟਾ? ਇਹ ਸੀਗਾ ਇਹਦਾ ਸਵਾਲ ਨੰਬਰ 6। ਹੁਣ ਬੇਟਾ ਆਪਾਂ ਗੱਲ ਕਰਦੇ ਹਾਂ ਸਵਾਲ ਨੰਬਰ 7 ਦੀ। ਜਦੋਂ ਬੇਟਾ 3 ਰਕਮਾਂ ਦਿੱਤੀਆਂ ਹੋਣ ਤਾਂ ਅਸੀਂ ਕੀ ਕਰਦੇ ਹਾਂ, ਤਿੰਨਾਂ ਦੇ ਵਿੱਚੋਂ ਕੋਈ 2 ਰਕਮਾਂ ਲੈ ਲੈਂਦੇ ਹਾਂ। ਮੰਨ ਲਓ ਆਪਾਂ 12 ਅਤੇ 18 ਲੈ ਲੈਂਦੇ, ਤੁਸੀਂ 12 ਅਤੇ 64 ਵੀ ਲੈ ਸਕਦੇ ਹਾਂ, ਠੀਕ ਹੈ? ਆਪਾਂ 12 ਅਤੇ 18 ਲੈ ਲੈਂਦੇ, ਵੱਡੀ ਰਕਮ ਨੂੰ ਵਿੱਚ ਰੱਖ ਦਿਓ। 18 12 'ਤੇ ਭਾਗ ਸ਼ੁਰੂ ਕਰ ਦਿਓ, 12 ਏਕਮ 12 6। ਹੁਣ 12 ਵਿੱਚ ਆ ਗਏ ਬੇਟਾ, 6 ਦੂਣੀ 12, ਇੱਥੇ 0। ਹੁਣ ਬੇਟਾ ਇੱਕ ਸਾਡੇ ਕੋਲ 6 ਬਚ ਗਿਆ, ਜਿਹੜਾ ਆਪਾਂ ਮਹੱਤਮ ਸਮਾਵਰਤਕ, 1 6 ਅਤੇ 1 64 ਆ, ਠੀਕ ਹੈ? ਜਿਹੜਾ ਦੋਵਾਂ ਦਾ ਆ ਗਿਆ ਮਹੱਤਮ ਸਮਾਵਰਤਕ, ਉਹਦੀ ਤੀਜੀ ਸੰਖਿਆ ਦੇ ਨਾਲ ਵੀ 64 ਨੂੰ ਹੁਣ ਵਿੱਚ ਰੱਖ ਦਿਉ, ਕਿਉਂਕਿ ਇੱਧਰੋਂ 6 ਆਇਆ ਸੀ ਸਾਡੇ ਕੋਲ, ਤਾਂ 6 ਦੇ ਉੱਤੇ ਵੰਡ ਦਿਉ। 6 ਏਕਮ 6 0 4, ਤਾਂ 6 0 0 4 ਬਾਕੀ, ਉੱਤੋਂ 6 ਨੂੰ ਵਿੱਚ ਲਿਆਉਣਾ ਬੇਟਾ ਆਪਾਂ, ਠੀਕ ਹੈ? ਤਾਂ 6 ਨੂੰ ਵਿੱਚ ਲਿਆਵਾਂਗੇ, 4 ਏਕਮ 4, 2 ਬਾਕੀ, ਫਿਰ 4 ਨੂੰ ਵਿੱਚ ਲਿਆਵਾਂਗੇ, 2 ਦੂਣੀ 4, 0 ਬਚ ਗਈ। ਤਾਂ ਜਿੱਥੇ ਬਾਕੀ ਲਾਸਟ 'ਤੇ 0 ਬਚ ਗਈ ਉੱਥੇ ਭਾਜਕ ਉੱਤਰ ਹੁੰਦਾ, ਅਤੇ ਬਰਾਬਰੇ 2 ਸਾਡਾ ਉੱਤਰ ਆ ਗਿਆ। 3 ਸੰਖਿਆਵਾਂ ਦੇ ਵਿੱਚ ਬੇਟਾ ਆਪਾਂ ਇੱਦਾਂ ਕਰ ਲੈਣਾ ਆ। ਅੱਗੇ ਆ ਗਿਆ ਬੇਟਾ 60 96 ਅਤੇ 128, 60 96 ਅਤੇ 128 ਦੇ ਵਿੱਚ ਆਪਾਂ ਪਹਿਲੇ 2 ਰਕਮਾਂ ਨੂੰ 96 ਨੂੰ ਵਿੱਚ ਰੱਖਦੇ ਹਾਂ ਬੇਟਾ, 60 'ਤੇ ਭਾਗ ਕਰ ਦਿੰਦੇ ਹਾਂ, 60 ਏਕਮ 60 36 ਆ ਗਿਆ,
ਹੁਣ ਬੇਟਾ 60 ਵਿੱਚ ਆ ਜਾਣੇ ਆ। 36 ਏਕਮ 36 ਇੱਥੇ ਰਹਿ ਗਏ 24 ਬੇਟਾ, ਹੁਣ ਆ 36 ਵਿੱਚ ਆ ਜਾਣੇ ਆ। ਤਾਂ 24 ਏਕਮ 24 12 ਬਚ ਗਏ, ਇਹ ਹੁਣ 24 ਵਿੱਚ ਆ ਜਾਣੇ ਆ। ਤਾਂ 12 ਦੂਣਾ 24 ਇੱਥੇ 0, ਇੱਕ ਤਾਂ ਬੇਟਾ ਸਾਡੇ ਕੋਲ 12 ਆ ਗਿਆ ਅਤੇ ਇੱਕ ਰਕਮ ਸੀ 128। ਹੁਣ 128 ਨੂੰ ਵਿੱਚ ਰੱਖਦੇ ਹਾਂ ਅਤੇ 12 'ਤੇ ਭਾਗ ਕਰ ਦਿੰਦੇ ਹਾਂ। 12 ਦਾਇਆ 120 ਹੁੰਦੇ ਆ, ਠੀਕ ਹੈ, 12 ਦਾਇਆ 120, 8 ਬਾਕੀ ਬਚ ਗਏ, ਇੱਧਰ 12 ਵਿੱਚ ਆ ਗਏ। ਜੇ ਬੇਟਾ ਇੱਕ ਦੇ ਵੀ ਭਾੜੇ 'ਤੇ ਕਰ ਸਕਦੇ ਜਾਂ ਤੁਸੀਂ ਸਿੱਧਾ ਵੀ ਕਰ ਸਕਦੇ ਆ, ਠੀਕ ਹੈ। ਤਾਂ 8 ਏਕਮ 8, 12 ਚੋਂ 8 ਗਏ 4, ਹੁਣ 8 ਵਿੱਚ ਆ ਗਏ, 4 ਦੂਣੀ 8, ਤਾਂ ਜਿੱਥੇ ਬਾਕੀ 0 ਬਚ ਗਏ, ਜਿਹੜਾ ਭਾਜਕ ਆ ਉਹ ਉੱਤਰ ਆ ਗਿਆ, ਤਾਂ ਇਹਦਾ ਉੱਤਰ ਕਿੰਨਾ ਆ ਗਿਆ, 4 ਆ ਗਿਆ, ਠੀਕ ਹੈ। ਇਹਦੇ ਨਾਲ ਹੀ ਬੇਟਾ ਇਹ 6 ਨੰਬਰ ਸਵਾਲ ਆ ਜਿਹੜਾ ਸਾਡਾ ਕੰਪਲੀਟ ਹੋ ਗਿਆ। ਅਗਲੇ ਸਵਾਲ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ। ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ, ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਬੇਟਾ ਜੀ।